ਕੰਮ ਹੋਣਗੇ ਜੀ ਹੁਣ ਇਸੇ ਹੁਣ ਇੱਕ ਇਸੇ ਹਲਕੇ ਦੇ ਦੌਰੇ ਤੇ ਪੂਰਾ ਮੇਰਾ ਜਿਹੜਾ ਹਾਂਜੀ ਕੁਰਾਲੀ ਹਸਪਤਾਲ ਤੇ ਖਰੜ ਹਸਪੀਟਲ ਦੋਨਾਂ ਨੂੰ ਅਪਗ੍ਰੇਡ ਕਰ ਰਹੇ ਜੀ ਕੁਰਾਲੀ ਦੀ ਗ੍ਰਾਂਟ ਹੈ ਜਿਹੜੀ ਉਹ ਜਲਦੀ ਸੀਐਮ ਸਾਹਿਬ ਪਰਸਨਲੀ ਵਿਜ਼ਿਟ ਕਰਕੇ ਗਏ ਸੀ ਉਹਦੀ ਗੱਲ ਕਰੀਏ ਕਾਫੀ ਇਹਨਾਂ ਦੀ ਜਿਹੜੀ ਦਿੱਕਤ ਆਮ ਲੋਕਾਂ ਨੂੰ ਦੇਖੋ ਇੱਕ ਤੇ ਰੋਡਸ ਦੀ ਦਿੱਕਤ ਕਾਫੀ ਹੈ ਰੋਡਸ ਅਸੀਂ ਕਾਫੀ ਪਵਾਤੀਆਂ ਨੇ ਜਿਹੜੀਆਂ ਜ਼ਿਆਦਾਤਰ ਮੇਰੀ ਪਾਰਟੀ ਗੱਲ ਹੁੰਦੀ ਅਸੀਂ ਗਲੀ ਕੱਢਣੀ ਆ ਤੋਂ ਪਾਣੀ ਰੋਕ ਲਿਆ ਉਸ ਚੱਕਰ 'ਚ ਕੀ ਜਿਵੇਂ 18.5 ਲੱਖ ਪਿੰਡ ਨੇ ਹੋਲਕੇ ਦਾ ਇੱਕ ਪਾਣੀ ਦੀ ਨਿਕਾਸੀ ਲਈ ਆਇਆ ਸੀ ਤੇ ਉਹ ਆਪਸ 'ਚ ਹੀ ਜਿਹੜੀ ਕਨਫਿਊਜ਼ਨ ਹੋਣ ਕਰਕੇ ਦੋ ਤਰ੍ਹਾਂ ਦੀ ਉਹ ਕੰਮ ਪੈਸਾ ਰੁਕ ਜਾਂਦਾ ਵੀ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਪਿੰਡਾਂ ਦਾ ਕੰਮ ਉਹਦੀ ਉਹ ਚਡੋਲੀ ਤੋਂ ਖਿਜਰਾਬਾਦ ਵਾਲੀ ਹੋਰ 10 ਦਿਨਾਂ 'ਚ ਉਹਦਾ ਕੰਮ ਸ਼ੁਰੂ ਹੋ ਜਾਣਾ ਜਾਂ ਤੋਂ ਠੀਕ 10 ਦਿਨ ਬਾਅਦ ਦੇਖੋ ਸਾਡਾ ਇਹ ਵਿਕਾਸ ਦੌਰਾ ਸੀਗਾ ਕਿ ਸਰਕਾਰ ਲੋਕਾਂ ਦੇ ਦੁਆਰ ਸੀਐਮ ਸਾਹਿਬ ਨੇ ਜਿਹੜੀ ਕੈਂਪੇਨ ਚਲਾਈ ਆ ਅਤੇ ਮੈਨੂੰ ਲੱਗਦਾ ਵੀ ਆਫਿਸਰਸ ਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਲੋਕਾਂ ਨੇ ਨੁਮਾਇੰਦਾ ਚੁਣਿਆ ਹੁੰਦਾ ਉਹਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ ਸੋ ਇਹ ਅਸੀਂ 5-5 ਪਿੰਡਾਂ ਦੀ ਜਿਹੜੀ 3-3 ਪਿੰਡਾਂ ਦੀ ਕਿਤੇ ਵੱਡੇ ਪਿੰਡਾਂ ਦਾ ਪੰਚਾਇਤ ਇਕੱਠੀਆਂ ਸੱਦੀਆਂ ਹੋਈਆਂ ਅਤੇ ਸਾਰੇ ਜਿਹੜੇ ਸੰਬੰਧਿਤ ਮਹਿਕਮਿਆਂ ਦੇ ਆਫਿਸਰਸ ਨੇ ਉਹ ਇੱਥੇ ਆਏ ਹੋਏ ਨੇ ਸਮੇਤ SDM ਸਾਡੇ DSP ਬਾਕੀ ਜਿੰਨੇ ਆਫਿਸਰਸ ਨੇ ਸੋ ਹਰ ਵਰਗ ਦੀਆਂ ਜਿਹੜੀਆਂ ਸਮੱਸਿਆਵਾਂ ਸੁਣੀਆਂ ਪਿੰਡ ਦੇ ਪ੍ਰਾਇਓਰਟੀ ਉੱਤੇ ਕੰਮ ਕਰਵਾਉਣ ਵਾਲੇ ਕਿਹੜੇ ਨੇ ਬਹੁਤੇ ਕੰਮ ਇਹੋ ਜਿਹੜੇ ਮੌਕੇ ਉੱਤੇ ਬੈਠ ਕੇ ਅਸੀਂ ਹੱਲ ਦੇ ਵਿੱਚ ਪਾਤੇ ਆ ਅਤੇ ਕੰਮ ਹੋਣਗੇ ਜੀ ਹੁਣ ਇਸੇ ਹੁਣ ਇੱਕ ਇਸੇ ਹਲਕੇ ਦੇ ਦੌਰੇ 'ਤੇ ਪੂਰਾ ਮੇਰਾ ਜਿਹੜਾ ਰੋਡ ਦੀ ਗੱਲ ਕਰੀਏ ਕਾਫੀ ਇਹਨਾਂ ਦੀ ਜਿਹੜੀ ਦਿੱਕਤ ਆਮ ਲੋਕਾਂ ਨੂੰ ਦੇਖੋ ਇੱਕ ਤਾਂ ਰੋਡਸ ਦੀ ਦਿੱਕਤ ਕਾਫੀ ਹੈ ਰੋਡਸ ਅਸੀਂ ਕਾਫੀ ਪਵਾਤੀਆਂ ਨੇ ਜਿਹੜੀਆਂ ਜ਼ਿਆਦਾਤਰ ਮੇਰੀ ਪ੍ਰਾਇਓਰਟੀ 2 ਮਹੀਨੇ ਆ ਉਹ ਮੈਂ ਹਲਕੇ ਦੇ ਸਾਰੇ ਪਿੰਡ ਆ ਜਿਹੜੇ ਉਹਦੇ 'ਚ ਕਵਰ ਕਰਨੇ ਆ ਅਤੇ ਹਲਕੇ ਦੀ ਜਿਹੜੀਆਂ ਸਮੱਸਿਆਵਾਂ ਉਹ ਬੈਠ ਕੇ ਸੁਣ ਕੇ ਮੌਕੇ 'ਤੇ ਹੀ ਹੱਲ ਕੱਢਾਂਗੇ ਜਿਹੜੀਆਂ ਕੁਛ ਟਾਈਮ 'ਚ ਹੋ ਜਾਣਗੀਆਂ ਉਹ ਸਾਰੀਆਂ ਅਸੀਂ ਕੰਮਾਂ ਦੇ ਵਿੱਚ ਉਹਦੇ 'ਚ ਪਾ ਦੇਵਾਂਗੇ ਉਹਨਾਂ ਦੇ ਜੇਕਰ ਗੱਲ ਕਰੀਏ ਤਾਂ ਕਿਹੜੀਆਂ ਵੱਡੀਆਂ ਸਮੱਸਿਆਵਾਂ ਕਿਹੜੀਆਂ ਕਿਉਂਕਿ ਸੜਕਾਂ ਦਾ ਕਾਫੀ ਉਹ ਚੱਲ ਰਿਹਾ ਹੈ ਜੀ ਕੁਰਾਲੀ ਦੇ ਹਸਪਤਾਲ ਦੀ ਗੱਲ ਕਰੀਏ ਜੀ ਜਾਂ ਸਿੰਘਪੁਰਾ ਵੀ ਰੋਡ 'ਤੇ ਗਲੀਆਂ ਨਾਲੀਆਂ ਦਾ ਰੌਲਾ ਨਾ ਰਹੇ ਜੀ ਇਹ ਕੰਮ ਆ ਜਿਹੜਾ ਇੱਕ ਛੱਪੜਾਂ ਦੇ ਸਾਫ਼ ਹੋਣ ਦਾ ਇੱਕ ਗਲੀਆਂ ਨਾਲੀਆਂ ਸੀਵਰੇਜ ਅਤੇ ਰੋਡਸ ਇਹ ਸਭ ਤੋਂ ਵੱਧ ਲੋਕ ਆ ਜਿਹੜੀਆਂ ਬੇਸਿਕ ਸਹੂਲਤਾਵਾਂ ਜਿਹਦੇ ਲੋਕ ਤੰਗ ਹੁੰਦੇ ਆ ਪਿੰਡ ਦੀ ਜਿਹੜੀ ਸਮੱਸਿਆ ਅੱਜ ਸੁਣੀਆਂ ਗਈਆਂ ਨੇ ਉਸ ਦੇ ਵਿੱਚ ਕੀ ਜਿਹੜੀ ਪਬਲਿਕ ਨੇ ਉਹ ਕੀ ਸਮੱਸਿਆ ਰੱਖੀ ਹੈ ਇੱਦਾਂ ਦੀ ਕੀ ਸੀਗੀ ਦੇਖੋ ਆਪਾਂ ਨਿਹੋਲਕੇ ਪਿੰਡ 'ਚ ਇੱਥੇ ਖੜੇ ਹਾਂ ਇੱਥੇ ਜਿੰਮ ਦੀ ਡਿਮਾਂਡ ਆ ਅਤੇ ਇੱਥੇ ਧਰਮਸ਼ਾਲਾ ਨੂੰ ਅਪਡੇਟ ਕਰਨ ਦੀ ਡਿਮਾਂਡ ਆ ਇੱਥੇ ਕਈ ਤਾਂ ਇਹ ਹੁੰਦਾ ਕਿ ਇੱਕ ਮੈਂ ਸਾਰਿਆਂ ਨੂੰ ਸੁਨੇਹਾ ਦਊਂਗੀ ਮੇਰੇ ਹਲਕੇ ਦੀਆਂ ਪੰਚਾਇਤਾਂ ਨੂੰ ਕਿ ਆਪਸ 'ਚ ਨਾ ਜਿੱਦਾਂ ਕਈ ਗ੍ਰਾਂਟਾਂ ਮੋੜ ਦਿੰਦੇ ਨੇ ਆਪਸ 'ਚ ਕਿ ਤੂੰ ਕੰਧ ਪਹਿਲਾਂ ਕੱਢ ਕੰਧ ਨੂੰ ਥੱਲੋਂ ਦੀ ਅਸੀਂ ਗਲੀ ਕੱਢਣੀ ਆ ਤੂੰ ਪਾਣੀ ਰੋਕ ਲਿਆ ਉਸ ਚੱਕਰ 'ਚ ਕੀ ਜਿਵੇਂ 18.5 ਲੱਖ ਪਿੰਡ ਨੇ ਹੋਲਕੇ ਦਾ ਇੱਕ ਪਾਣੀ ਦੀ ਨਿਕਾਸੀ ਲਈ ਆਇਆ ਸੀ ਅਤੇ ਉਹ ਆਪਸ 'ਚ ਹੀ ਜਿਹੜੀ ਕਨਫਿਊਜ਼ਨ ਹੋਣ ਕਰਕੇ ਦੋ ਤਰ੍ਹਾਂ ਦੀ ਉਹ ਕੰਮ ਪੈਸਾ ਰੁਕ ਜਾਂਦਾ ਵੀ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਪਿੰਡਾਂ ਦਾ ਕੰਮ ਨਹੀਂ ਰੁਕਣਾ ਚਾਹੀਦਾ ਤੁਸੀਂ ਇਸ ਜਿਹੜੀ ਸੋਚ ਨੂੰ ਇਹਨੂੰ ਬਦਲਣ ਦੀ ਲੋੜ ਹੈ ਕੰਮ ਨਾ ਰੋਕੋ ਸਾਨੂੰ ਕਿਸੇ ਅਸੀਂ ਕਿਸੇ ਪਾਰਟੀਬਾਜ਼ੀ 'ਚ ਨਹੀਂ ਹੈ ਕਿ ਸਾਨੂੰ ਸਿਰਫ ਮਤਲਬ ਇਸ ਗੱਲ ਤੱਕ ਹੈ ਕਿ ਕੰਮ ਕਰਨ ਵਾਲਾ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਤੁਸੀਂ ਕੰਮ ਕਰੋ ਜਿਹੜੇ ਤੁਸੀਂ ਕੰਮ ਕਹੋਗੇ ਸਾਰੇ ਕਰਵਾ ਕੇ ਦੇਵਾਂਗੇ ਅਤੇ ਬਟ ਤੁਸੀਂ ਇੱਛਾ ਇਹ ਰੱਖੋ ਧੜੇਬੰਦੀ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿ ਹੁਣ ਅਸੀਂ ਕੰਮ ਕਰਨੇ ਆ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਧੀ ਪੁੱਤ ਹਾਂ ਮੈਡਮ ਕੁਰਾਲੀ ਹਸਪਤਾਲ ਦਾ ਜਿਹੜਾ ਮੁੱਦਾ ਕਾਫੀ ਚੱਲ ਰਿਹਾ ਸੁਣ ਚ ਆਇਆ ਵੀ ਉਹਦੇ ਲਈ ਵੀ ਕੋਈ ਜਿਹੜੀ ਵੱਡੀ ਗ੍ਰਾਂਟ ਹੈ ਪਾਸ ਹੋ ਰਹੀ ਹੈ ਕਿਹਾ ਅਜਿਹਾ ਕੁਛ ਹੋ ਰਿਹਾ ਜੀ ਭਵਿੱਖ ਦੇ ਵਿੱਚ ਵੀ ਕੋਈ ਜਿਹੜੀ ਵੱਡੀ ਗ੍ਰਾਂਟ ਹੈ ਪਾਸ ਹੋ ਰਹੀ ਹੈ ਕਿਹਾ ਅਜਿਹਾ ਕੁਛ ਹੋ ਰਿਹਾ ਜੀ ਭਵਿੱਖ ਦੇ ਵਿੱਚ ਕਾਹਦੇ ਲਈ ਕਹਿ ਰਹੇ ਹੋ ਕੁਰਾਲੀ ਹਸਪਤਾਲ ਦੀ ਸਿਵਲ ਹਸਪਤਾਲ ਦੀ ਹਾਂਜੀ ਕੁਰਾਲੀ ਹਸਪਤਾਲ ਤੇ ਖਰੜ ਹਸਪੀਟਲ ਦੋਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਜੀ ਕੁਰਾਲੀ ਦੀ ਗ੍ਰਾਂਟ ਹੈ ਜਿਹੜੀ ਉਹ ਜਲਦੀ ਸੀਐਮ ਸਾਹਿਬ ਪਰਸਨਲੀ ਵਿਜ਼ਿਟ ਕਰਕੇ ਗਏ ਸੀ ਜੀ ਉਹਦੀ ਜਲਦੀ ਆ ਜਾਣੀ ਹੈ ਉਹਨੂੰ ਵਧੀਆ ਪੂਰਾ ਅਪਗ੍ਰੇਡ ਕਰਾਂਗੇ ਨਾਲੇ ਖਰੜ ਹਸਪੀਟਲ ਨੂੰ ਬਾਕੀ ਰੋਡਸ ਨੇ ਸਭ ਬਹੁਤ ਸਾਰੀਆਂ ਪੈ ਗਈਆਂ ਪੁਲ ਬਹੁਤ ਸਾਰੇ ਪੈ ਗਏ ਆ ਕਜੌਲੀ ਵਾਟਰ ਦੀ ਜਿਹੜੀ ਸਮੱਸਿਆ ਸੀ ਉਹ ਕਜੌਲੀ ਵਾਟਰ ਨੂੰ ਅਸੀਂ ਲੈ ਆਏ ਹਾਂ ਉਹ ਜਲਦੀ ਉਹਦਾ ਵੀ ਕੰਮ ਸਟਾਰਟ ਹੋ ਜਾਣਾ ਅਤੇ ਵੱਖੋ ਵੱਖ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਛੱਡਦੇ ਜੀ ਸਾਰੇ ਕੰਮ ਕਰਾਂਗੇ ਉਹ ਚਟੋਲੀ ਤੋਂ ਖਿਜਰਾਬਾਦ ਵਾਲੀ ਹੋਰ 10 ਦਿਨਾਂ 'ਚ ਉਹਦਾ ਕੰਮ ਸ਼ੁਰੂ ਹੋ ਜਾਣਾ ਜਾਂ ਤੋਂ ਠੀਕ 10 ਦਿਨ ਬਾਅਦ ਉਹਦਾ ਕੰਮ ਸਟਾਰਟ ਹੋ ਜਾਣਾ ਥੈਂਕ ਯੂ ਸਵਾਮੀ ਦੀ ਕੁਟੀਆਂ ਨੂੰ ਆਉਂਦੇ ਆ ਤਾਂ ਕਾਫੀ ਸਰ ਇਹਦਾ ਵੀ ਕੰਮ ਅਸੀਂ ਜਲਦੀ ਸ਼ੁਰੂ ਕਰ ਰਹੇ ਹਾਂ ਹੁੰਦਾ ਕਿ ਅਸੀਂ ਮੈਡਮ ਤੁਸੀਂ ਕੀ ਹੋ ਜਾਏਗਾ ਸਵਾਮੀ ਜੀ ਰੋਡ ਜੋ ਨਹੀਂ ਨਹੀਂ ਹੁਣ ਉਹ ਅਸੀਂ ਤਾਂ ਹੀ ਗਰਾਊਂਡ ਉੱਤੇ ਆ ਰਹੇ ਹਾਂ ਨਾ ਵੀ ਕਿਹੜੇ ਕੰਮ ਇੰਪਲੀਮੈਂਟ ਹੋ ਗਏ ਆ ਹਾਂ ਸਰਦੀ ਸੀ ਨਾ ਪਹਿਲਾਂ ਹੁਣ ਗਰਮੀ ਆ ਗਈ ਗਰਮੀ 'ਚ ਲੁੱਕ ਪਾਉਣੀ ਹੈ ਜਿਹੜੀ ਉਹ ਆਸਾਨ ਹੋ ਜਾਂਦੀ ਹੈ ਸੜਕ ਬਣਾਉਣੀ ਥੈਂਕ ਯੂ ਸਰ ਥੈਂਕ ਯੂ ਹਜ਼ਾਰਾਂ ਕਰੋੜ ਰੁਪਇਆ ਪਿਆ ਕੋਈ ਲੈਂਦਾ ਹੀ ਨਹੀਂ ਅਵੇਅਰਨੈਸ ਦੀ ਘਾਟ ਆ ਇਹਨਾਂ ਨੂੰ ਭਰੋ ਫਾਰਮਾਂ ਨੂੰ ਇਹਨਾਂ ਨੂੰ ਅਪਲਾਈ ਕਰੋ ਤਾਂ ਕਿ ਉੱਥੇ ਤੁਹਾਡੇ ਤੇ ਪੈਸਾ ਲੱਗੇ ਵਜ਼ੀਫਾ ਜੀ 3000 ਤੋਂ ਅਸੀਂ ਬੱਚਿਆਂ ਦੀ ਪੜ੍ਹਾਈ ਲਈ 80,000 ਰੁਪਇਆ ਦਿੰਦੇ ਹਾਂ ਸਾਲ ਦਾ ਸ਼ਗਨ ਸਕੀਮ ਹੈ 51,000 ਰੁਪਇਆ ਸੋ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਕੋਈ ਬਿਮਾਰ ਹੋ ਜੇ ਜੇ ਬਿਮਾਰੀ ਕੋਈ ਪ੍ਰੋਬਲਮ ਆ ਗਈ ਸਰੀਰ ਨੂੰ 1,00,000 ਰੁਪਇਆ ਉਹਦੇ 'ਚ ਦੇਈਦਾ
कोई ऑपरेशन करवाना 50,000 रुपया ओहदे च दंदा सुनन लई ਐਨਕਾਂ ਇਹ ਸਾਰਾ ਕੁਝ ਮੁਫਤ ਮਿਲਦਾ ਯਾਤਰਾ ਕੋਈ ਬੰਦਾ ਬਾਹਰ ਦਾ ਉਹਨੇ ਉੱਥੇ ਜਾਣਾ ਉਹ ਮੁਫਤ ਆ ਜੇ 60 ਸਾਲ ਤੁਹਾਡੀ ਉਮਰ ਹੋ ਗਈ ਆ ਤੇ ਉਹਦੇ ਚ ਪੈਨਸ਼ਨ ਲਾਉਂਦੇ ਜਿਹਦਾ ਕਾਰਡ ਬਣਾ 3,000 ਰੁਪਈਆ ਮਹੀਨਾ ਸੋ ਇੱਦਾਂ ਹੀ ਕਿਸੇ ਨੂੰ ਕੋਈ ਪ੍ਰੋਬਲਮ ਆ ਕੋਈ ਵਿਪਤਾ ਆ ਜਾਵੇ ਤਾਂ ਇਹਦੇ ਚ ਅਸੀਂ ਕੋਈ ਘਰ ਦਾ ਨੁਕਸਾਨ ਹੋ ਜੇ ਕੋਈ ਕੁਦਰਤੀ ਆਫਤ ਆ ਜੇ ਡਿੱਗ ਜਾਵੇ ਘਰ ਤਾਂ ਅਸੀਂ 1,00,000 ਰੁਪਈਆ ਦਿੰਦੇ ਹਾਂ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਪੜੋ ਸਾਰੀਆਂ ਤੁਸੀਂ ਕਿਹੜੀ ਸਕੀਮ ਨੂੰ ਲੈਣ ਨੂੰ ਐਲੀਜੀਬਲ ਹੋ ਜੇ ਜੇ ਕਿਸੇ ਦਾ ਵੀ ਇਹ ਹੈਗਾ ਬਾਕੀ ਬੁਢਾਪਾ ਪੈਨਸ਼ਨ ਦਾ ਤੇ ਹੋਰ ਸਾਰੀਆਂ ਜਿਹੜੀਆਂ ਵੀ ਵਿਧਵਾ ਪੈਨਸ਼ਨ ਦਾ ਵੱਖੋ ਵੱਖ ਜਿਹੜੇ ਕਾਰਡ ਆ ਰੁਜ਼ਗਾਰ ਕਾਰਡ ਉਹ ਬਣ ਰਹੇ ਨੇ ਜਿਹਨੂੰ ਲੋੜ ਹੈ ਬਣਵਾ ਲਿਓ ਬਾਕੀ ਪਿੰਡਾਂ ਦੇ ਵਿਕਾਸ ਦੀ ਗੱਲ ਆ ਗਈ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਪਿੰਡ ਦੀ ਪੰਚਾਇਤਾਂ ਜਿੰਨੀਆਂ ਵੱਖੋ ਵੱਖ ਪਿੰਡਾਂ ਤੋਂ ਪੰਚਾਇਤਾਂ ਆਈਆਂ ਹੋਈਆਂ ਸਾਰਿਆਂ ਦਾ ਮੇਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਲਈ ਇਹ ਮੇਰੀ ਜ਼ਿੰਦਗੀ ਸਮਰਪਿਤ ਹੈ ਕਿ ਆਓ ਇਸ ਇਲਾਕੇ ਨੂੰ ਇਹੋ ਜਿਹਾ ਬਣਾਈਏ ਵੀ ਲੋਕ ਦੂਰੋਂ ਦੂਰੋਂ ਦੇਖਣ ਆਉਣ ਵੀ ਇੱਥੇ ਕੰਮ ਕਿੱਦਾਂ ਹੋਇਆ ਕੀ ਕੀਤਾ ਗਿਆ ਇੱਥੇ ਸੋ ਇਹੋ ਜਿਹਾ ਉਹਦੇ ਲਈ ਤੁਹਾਡੀ ਜਿਹੜੀ ਨਾਲ ਲਗਨ ਹੈ ਤੁਹਾਡੀ ਪੋਜ਼ਿਟਿਵਿਟੀ ਹੈ ਚੰਗੀ ਸੋਚ ਹੈ ਉਹਦੀ ਜ਼ਰੂਰਤ ਹੈ ਬਾਕੀ ਕੰਮ ਮੇਰੇ 'ਤੇ ਛੱਡ ਦਿਓ ਤੁਸੀਂ ਵੀ ਮੈਂ ਕੀ ਕਰਾਉਣਾ ਜਿੰਨੇ ਤੁਸੀਂ ਕੰਮ ਕਹੇ ਉਹ ਤਾਂ ਕਰਵਾਵਾਂਗੇ ਹੋਰ ਵੀ ਉੱਪਰੋਂ ਕਰਵਾ ਕੇ ਦੇਵਾਂਗੇ ਸੋ ਸਾਲ ਹੋ ਗਿਆ ਬਿਲਕੁਲ ਨਵੇਂ ਸੀ ਬੜਾ ਕੁਛ ਦੇਖਿਆ ਸਿੱਖਿਆ ਬੜਾ ਕੁਛ ਕਰਵਾ ਰਹੇ ਹਾਂ ਤੇ ਬਹੁਤ ਕੁਛ ਕਰਵਾਉਣ ਦੀ ਹਲੇ ਲੋੜ ਹੈ ਸੋ ਆਓ ਸਪੀਡ ਫੜੀਏ ਕੰਮ ਦੀ 4 ਸਾਲ ਹਰੇ ਬੇਬੇ ਹੋਰ ਪਏ ਆ ਪੂਰੇ ਕੰਮ ਕਰਾਂਗੇ ਜਿਹੜੇ ਜਿਹੜੇ ਤੁਸੀਂ ਕਹਿਣੇ ਜਿਸ ਉਮੀਦਾਂ ਨਾਲ ਸਾਨੂੰ ਤੁਸੀਂ ਪਾਇਆ ਵੀ ਇਹ ਬੱਚਿਆਂ ਨੇ ਠੀਕ ਕੰਮ ਕਰਨਾ ਇੱਕ ਇੱਕ ਉਮੀਦ ਤੇ ਤੁਹਾਡੇ ਖਰੇ ਉਤਰਾਂਗੇ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਆਪਣੀਆਂ ਸਮੱਸਿਆਵਾਂ ਤੁਸੀਂ ਵਾਰੀ ਵਾਰੀ ਇੱਕ ਪਿੰਡ ਦੀ ਪੰਚਾਇਤ ਫਿਰ ਦੂਜੇ ਦੀ ਤੀਜੇ ਦੀ ਸਾਰੀਆਂ ਆਪਣੀਆਂ ਲੈ ਕੇ ਆ ਰਹੇ ਜੇ ਕਿਸੇ ਨੂੰ ਕੋਈ ਪਰਸਨਲ ਦਿੱਕਤ ਵੀ ਹੈਗੀ ਹੈ ਉਹ ਵੀ ਤੁਸੀਂ ਦੱਸ ਸਕਦੇ ਹੋ ਪਰ ਬੜੀ ਸ਼ਾਂਤੀ ਨਾਲ ਆਰਾਮ ਨਾਲ ਆਉਂਦੇ ਰਹੋ ਤਾਂ ਕਿ ਸਾਰਿਆਂ ਦੀਆਂ ਸਮੱਸਿਆਵਾਂ ਆਪਾਂ ਜਿਹੜੀਆਂ ਸੁਣ ਲਈਏ ਬਹੁਤ ਧੰਨਵਾਦ ਸ਼ੁਕਰੀਆ